ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਹਿਸਟਰੀ ਸਬਜੈਕਟ ਦੇ 1857 ਦੇ ਵਿਦਰੋਹ ਦੇ ਜਿਹੜੇ ਕਿ ਸ਼ਾਰਟ ਕੁਐਸਚਨ ਅਨਸਰ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਟੂਡੈਂਟਸ ਜਿਹੜੇ ਕਿ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਸਟੂਡੈਂਟਸ ਦੇ ਨਾਲ ਸ਼ੇਅਰ ਕਰੋ ਕਿਉਂਕਿ ਇਸ ਚੈਨਲ ਤੇ ਤੁਹਾਡੇ ਐਗਜ਼ਾਮ ਦੀ ਹਰ ਇੱਕ ਸਬਜੈਕਟ ਦੀ ਜਿਹੜੀ ਕਿ ਬੈਸਟ ਤੋਂ ਬੈਸਟ ਤਿਆਰੀ ਕਰਵਾਈ ਜਾਂਦੀ ਹੈ ਹਾਂਜੀ ਹਾਂਜੀ ਫਰਸਟ ਕੁਐਸਚਨ ਹੈ 1857 ਸਿਵੀ ਦੇ ਵਿਦਰੋਹੀ ਲਾਡ ਲਾਹੌਰੀ ਕਿਥੋਂ ਤੱਕ ਜ਼ਿੰਮੇਵਾਰ ਸੀ ਹਾਂਜੀ ਲਾਡ ਲਾਹੌਰੀ ਨੇ ਭਾਰਤੀ ਰਾਸਤਾ ਉੱਤੇ ਕਬਜ਼ਾ ਕਰਨ ਦੇ ਲਈ ਕਿਸੇ ਸਿਧਾਂਤ ਦੀ ਪਰਵਾਹ ਨਾ ਕੀਤੀ ਭਾਵੇਂ ਕਿਸੇ ਵੀ ਉਹਨੇ ਨਿਯਮ ਦੀ ਜਿਹੜੀ ਕਿ ਪਾਲਣਾ ਨਾ ਕੀਤੀ ਮਤਲਬ ਕਿ ਉਹਨਾਂ ਜਿਹੜੇ ਕਿ ਲਾਡ ਲਾਹੌਰੀ ਨੇ ਜ਼ਾਇਦ ਨਜ਼ਾਇਦ ਦੋਨੋਂ ਢੰਗਾਂ ਦੇ ਨਾਲ ਜਿਹੜੇ ਕਿ ਭਾਰਤ ਨੂੰ ਆਪਣੇ ਅਧੀਨ ਕਰਨ ਬਾਰੇ ਸੋਚਿਆ ਜੇ ਜੇ ਕ ਲੜਾਈ ਤੋਂ ਕੰਮ ਚੱਲਾ ਤਾਂ ਲੜਾਈ ਕੀਤੀ ਜੇ ਲੈਫਤ ਦੀ ਨੀਤੀ ਤੋਂ ਕੰਮ ਚੱਲਾ ਤਾਂ ਲੈਫਤ ਦੀ ਨੀਤੀ ਭਾਵੇਂ ਜਾਇਜ਼ ਹੁੰਦਾ ਵੱਧ ਤੋਂ ਵੱਧ ਜਿਹੜੇ ਕਿ ਭਾਰਤੀ ਉਸ ਸਮੇਂ ਦੇ ਵਿੱਚ ਜਿਹੜੇ ਰਿਆਸਤਾਂ ਵਗੈਰਾ ਸੀ ਉਹਨਾਂ ਨੂੰ ਆਪਣੇ ਅਧੀਨ ਕਰਨ ਬਾਰੇ ਸੋਚਿਆ ਤੇ ਜੇ ਉਹਨਾਂ ਦੇ ਇਸ ਢੰਗ ਤੋਂ ਵੀ ਕਮਨਾਵਾਲਾ ਤਾਂ ਉਹਨੇ ਪ੍ਰਬੰਧ ਦਾ ਦੋਸ਼ ਲਗਾ ਕੇ ਜਿਹੜੇ ਕਿ ਉਹਨੇ ਭਾਰਤੀ ਰਿਆਸਤਾਂ ਤੋਂ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਲ ਕੀਤਾ ਲਾਰਡ ਲਾਹੌਰੀ ਦੀ ਵਿਸਥਾਰ ਦੀ ਸമിതി ਕਰਕੇ ਨਾ ਸਿਰਫ ਭਾਰਤੀ ਸ਼ਾਸਕ ਸਗੋਂ ਲੋਕਾਂ ਵਿੱਚ ਵੀ ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਜਿਹੜੇ ਕਿ ਰੋ ਫੈਲ ਗਿਆ ਤਾਂ ਆਪਕੇ ਗੁੱਸਾ ਫੈਲ ਗਿਆ ਤੇ ਜਿਸ ਕਰਕੇ 1857 ਦੇ ਵਿਦਰੋਹ ਲਈ ਕਾਫੀ ਹੱਦ ਤੱਕ ਇਹ ਜ਼ਿੰਮੇਵਾਰ ਮੰਨਿਆ ਜਾਂਦਾ। ਅਗਲਾ ਹੈਗਾ ਕਾਰਨ 1857 ਦੇ ਵਿਦਰੋਹ ਦੇ ਕਾਰਨ। ਹਾਂਜੀ ਇਹਦੇ ਵਿਦਰੋਹ ਰਾਜਨੀਤਿਕ ਕਾਰਨ, ਸਮਾਜਿਕ ਕਾਰਨ, ਆਰਥਿਕ ਕਾਰਨ, ਤਤਕਾਲੀ ਕਾਰਨ, ਰਾਜਨੀਤਿਕ ਕਾਰਨ, ਕਾਫੀ ਤਰ੍ਹਾਂ ਦੇ ਜਿਹੜੇ ਕਾਰਨ ਨੇ ਸੈਨਿਕ ਕਾਰਨ। ਸੋ ਇੱਥੇ ਕੁਐਸਚਨ ਵੈਸੇ ਕਾਰਨ ਪੁੱਛਿਆ ਹੋਇਆ। ਇਦੇ ਵਿੱਚ ਤੁਸੀਂ ਜਿਹੜੇ ਮਰਜ਼ੀ ਜਿਹੜੇ ਕਿ ਬਣਾ ਮਤਲਬ ਕਿ ਹਰ ਇੱਕ ਜਿਹੜੇ ਕਿ ਕਾਰਨ ਆ ਜਿਹੜੇ ਪਾਰਟ ਸਭ ਪਾਰਟ ਬਣੇ ਹੋਣੇ ਉਹਨਾਂ ਦੇ ਵਿੱਚੋਂ ਤੁਸੀਂ ਜੋ ਵੀ ਜਿਹੜੇ ਕਿ ਵੇਰਵਾ ਦੇਣਾ ਚਾਹੁੰਦੇ ਹੋ ਖੁੱਲੇ ਕੋਸ਼ਨਾਂ ਚ ਆ ਮੈਂ ਦੇ ਸਕਦੇ ਹੋ ਅਗਰ ਰਾਜਨੀਤਿਕ ਕਾਰਨ ਪੁੱਛਣੇ ਫਿਰ ਰਾਜਨੀਤਿਕ ਹੀ ਦੇਣੇ ਜੇ ਤਤਕਾਲੀ ਕਾਰਨ ਪੁੱਛਿਆ ਤਾਂ ਚਰਬੀ ਵਾਲੇ ਕਾਰਤੂਸ ਵਾਲਾ ਹੀ ਰਿਹਾ ਆਉਣਾ ਠੀਕ ਹੈ ਜੇ ਰਾਜਨੀਤਿਕ ਪੁੱਛਣੇ ਤਾਂ ਰਾਜਨੀਤਿਕ ਜੇ ਸਮਾਜਿਕ ਪੁੱਛਣੇ ਫਿਰ ਸਮਾਜਿਕ ਹੀ ਤੇ ਅੰਗਰੇਜ਼ਾਂ ਨੇ ਆਪਣੀ ਸਾਮਰਾਜਵਾਦੀ ਨੀਤੀ ਦੇ ਕਾਰਨ ਲਗਭਗ ਸਾਰੇ ਭਾਰਤ 'ਤੇ ਕਬਜ਼ਾ ਕਰ ਲਿਆ ਜਿਸ ਕਰਕੇ ਭਾਰਤੀ ਜਿਹੜੇ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ ਤਾਂ ਅੰਗਰੇਜ਼ਾਂ ਨੇ ਭਾਰਤ ਨੂੰ ਜ਼ਬਰਦਸਤੀ ਇਸਾਈ ਧਰਮ ਦੇ ਵਿੱਚ ਸ਼ਾਮਲ ਕਰਨਾ ਸ਼ੁਰੂ ਕਰਤਾ ਸੀ ਤੇ ਭਾਰਤੀ ਸੈਨਿਕਾਂ ਨਾਲ ਬਹੁਤ ਤਪੜਸ ਲੋ ਕੀਤਾ ਜਾਂਦਾ ਸੀ ਤੇ ਚਰਬੀ ਵਾਲੇ ਕਾਰਤੂਸਾ ਜਿਹੜੇ ਇਸ ਵਿਦਰੋਹ ਦਾ ਮੁੱਖ ਕਾਰਨ ਬਣੇ ਤਤਕਾਲੀ ਕਾਰਨ ਰਾਜਨੀਤਿਕ ਕਾਰਨ ਕਿਹੜੇ-ਕਿਹੜੇ ਸੀ ਜਦੋਂ ਸੰਤੰਤਰ ਸੰਗਰਾਮ ਵਿੱਚ ਦੇਸੀ ਰਾਜ ਅੰਗਰੇਜ਼ਾਂ ਦੇ ਵਿਰੁੱਧ ਕਿਉਂ ਹੋ ਗਏ ਸੀ ਪਹਿਲਾ ਕਾਰਨ ਕੀ ਹੈ ਕਿ ਅੰਗਰੇਜ਼ਾਂ ਨੇ ਸਹਾਇਕ ਸੰਧੀ ਦੇ ਲੈਪਸ ਨੀਤੀ ਚਲਾਈ ਸੀ ਠੀਕ ਹੈ ਤੇ ਜਿਸ ਰਾਜਾਂ ਤੇ ਕਬਜ਼ਾ ਕਰ ਲਏ ਸੀ ਅੰਗਰੇਜ਼ਾਂ ਨੇ ਤੇ ਇਸ ਲਈ ਇਹ ਸਾਰੇ ਰਾਜ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ ਸੀ ਤੇ ਮੁਗਲ ਸਮਰਾਟ ਅ ਅੰਗਰੇਜ਼ਾਂ ਨੇ ਮੁਗਲ ਸਮਰਾਟ ਜਿਹੜਾ ਬਹਾਦਰ ਸ਼ਾਹ ਸੀ ਉਹਦਾ ਖਿਤਾਬ ਖੋ ਲਿਆ ਸੀ ਠੀਕ ਹੈ ਬਹਾਦਰ ਸ਼ਾਹ ਤੋਂ ਅ ਮੁਗਲ ਸਮਰਾਟ ਦਾ ਜਿਹੜਾ ਖਿਤਾਬ ਖੋ ਲਿਆ ਸੀ ਅੰਗਰੇਜ਼ਾਂ ਨੇ ਤੇ ਲਾਡਲ ਲਾਹੌਰੀ ਦੇ ਨਾਨਾ ਸਾਹਿਬ ਦੀ ਜਿਹੜੀ ਪੈਨਸ਼ਨ ਸੀ ਉਹਨੂੰ ਦੇਣ ਤੋਂ ਨਾ ਕਰਦੇ ਸੀ ਭਾਵ ਕਿ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰ ਦਿੱਤੀ ਸੀ ਜਿਸ ਕਰਕੇ ਉਹ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ ਤੇ ਅੰਗਰੇਜ਼ਾਂ ਨੇ ਅਜੋਗ ਸ਼ਾਸਨ ਕਰਨ ਦਾ ਬਹਾਨਾ ਲਾ ਕੇ ਅਬਦੁੱਲ ਨੂੰ ਆਪਣੇ ਸਾਮਰਾ ਦੇ ਵਿੱਚ ਸ਼ਾਮਲ ਕਰ ਲਿਆ ਸੀ ਇਹ ਸੀ ਰਾਜਨੀਤਿਕ ਕਾਰਨ ਬਹਾਦਰ ਸ਼ਾਹ ਅੰਗਰੇਜ਼ਾਂ ਦੇ ਵਿਰੁੱਧ ਕਿਉਂ ਹੋ ਗਿਆ ਸੀ ਅੰਗਰੇਜ਼ਾਂ ਨੇ ਬਹਾਦਰ ਸ਼ਾਹ ਦੀ ਪੈਨਸ਼ਨ ਬੰਦ ਕਰਤੀ ਸੀ ਠੀਕ ਹੈ ਲਾਲ ਕਿਲਾ ਖਾਲੀ ਕਰਨ ਲਈ ਉਹਨੂੰ ਕਿਹਾ ਸੀ ਤੇ ਉਸ ਨੂੰ ਦੱਸ ਦਿੱਤਾ ਗਿਆ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਕੋਈ ਅਧਿਕਾਰ ਨਹੀਂ ਦਿੱਤਾ ਜਾਵੇਗਾ ਇਹਨਾਂ ਕਰਕੇ ਜਿਹੜੇ ਕਿ ਬਹਾਦਰ ਸ਼ਾਹ ਅੰਗਰੇਜ਼ਾਂ ਦੇ ਵਿਰੁੱਧ ਹੋ ਗਿਆ ਸੀ ਨਾਨਾ ਸਾਹਿਬ ਅੰਗਰੇਜ਼ਾਂ ਦੇ ਵਿਰੁੱਧ ਕਿਉਂ ਹੋ ਗਿਆ ਸੀ ਜਾਂ ਕੁਐਸਚਨ ਖੁੱਲਾ ਪੁੱਛਿਆ ਜਾ ਸਕਦਾ ਕਿ ਨਾਨਾ ਸਾਹਿਬ ਹਾਂਜੀ ਨਾਨਾ ਸਾਹਿਬ ਨੂੰ ਪੇਸ਼ਵਾ ਬਾਜੀਰਾਓ ਦੂਜੇ ਨਗੋਦ ਦੇ ਗੋਦ ਲਿਆ ਸੀ ਠੀਕ ਹੈ ਨਾਨਾ ਸਾਹਿਬ ਨੂੰ ਪੇਸ਼ਵਾ ਬਾਜੀਰਾਓ ਸੀ ਜਿਹੜਾ ਉਹਨੇ ਅਡਾਪਟ ਕੀਤਾ ਸੀ ਤੇ 1818 ਈਸਵੀ ਦੇ ਵਿੱਚ ਜਿਹੜੀ ਪੁੰਨਾ ਦੀ ਸੰਧੀ ਹੋਈ ਸੀ ਪੁੰਨਾ ਦੀ ਸੰਧੀ ਦੇ ਰਾਹੀਂ ਬ੍ਰਿਟਿਸ਼ ਸਰਕਾਰ ਨੇ ਪੇਸ਼ਵਾ ਬਾਜੀਰਾਓ ਦੂਜੇ ਤੇ ਉਹਦੇ ਵਾਰਿਸ ਨੂੰ 8 ਲੱਖ ਰੁਪਏ ਸਲਾਨਾ ਰਾਸ਼ੀ ਦੇਣ ਦਾ ਜਿਹੜਾ ਕਿ ਪੈਨਸ਼ਨ ਦੇ ਰੂਪ ਵਿੱਚ ਦੇਣ ਦਾ ਫੈਸਲਾ ਕੀਤਾ ਸੀ ਬਟ ਜਦੋਂ 1852 ਈਸਵੀ ਦੇ ਵਿੱਚ ਪੇਸ਼ਵਾ ਦੀ ਮੌਤ ਹੋ ਗਈ ਪੇਸ਼ਵਾ ਬਾਜੀਰਾਓ ਦੀ ਮੌਤ ਹੋ ਗਈ ਤਾਂ ਅੰਗਰੇਜ਼ਾਂ ਨੇ ਜਿਹੜਾ ਨਾਨਾ ਸਾਹਿਬ ਤੇ ਪਹਿਲਾਂ ਉਹਨਾਂ ਨੂੰ 8 ਲੱਖ ਰੁਪਏ ਜਿਹੜੇ ਕਿ ਸਲਾਨਾ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ ਠੀਕ ਹੈ ਉਹ ਅੰਗਰੇਜ਼ਾਂ ਨੇ ਜਿਹੜੇ ਕਿ ਉਹ ਉਹਨੂੰ ਵਾਰਸ ਮੰਨਣ ਤੋਂ ਇਨਕਾਰ ਕਰਤਾ ਨਾਨਾ ਸਾਹਿਬ ਨੂੰ ਪੇਸ਼ਵਾਬਾਜੀ ਰਾਓ ਦਾ ਤੇ ਜਿਹੜੀ ਉਹਨੂੰ ਸਾਲਾਨਾ ਪੈਨਸ਼ਨ ਭੇਜਣੀ ਸੀ ਉਹ ਵੀ ਬੰਦ ਕਰਤੀ ਤਾਂ ਇਸ ਕਰਕੇ ਨਾਨਾ ਸਾਹਿਬ ਬ੍ਰਿਟਿਸ਼ ਸਾਮਰਾਜਾ ਜਿਹੜਾ ਕਿ ਕੱਟੜ ਵੈਰੀ ਬਣ ਗਿਆ ਤੇ ਉਹਨੇ ਇਸ ਚੀਜ਼ ਦਾ ਬਦਲਾ ਲੈਣ ਦਾ ਪੱਕਾ ਇਰਾਦਾ ਕਰ ਲਿਆ ਠੀਕ ਆ ਨਾਨਾ ਸਾਹਿਬ ਨੂੰ ਅਡਾਪਟ ਕੀਤਾ ਹੋਇਆ ਸੀ ਪੇਸ਼ਵਾਬਾਜੀ ਪੇਸ਼ਵਾਬਾਜੀ ਰਾਓ ਦੁੱਤੇ ਨੇ ਆਰਥਿਕ ਕਾਰਨ ਕਿਹੜੇ-ਕਿਹੜੇ ਸੀ ਸ਼ਾਰਟ ਕੁਐਸਚਨ ਤੁਹਾਡੇ ਲੌਂਗ ਕੁਐਸਚਨ ਲਈ ਵੀ ਦੇਖੋ ਮਤਲਬ ਕਿ ਤੁਹਾਨੂੰ ਸਾਰੇ ਆਪਾਂ ਕਹਿ ਸਕਦੇ ਵੀ ਜੇ ਤੁਹਾਨੂੰ ਰਿਕਾਲ ਕਰਨੇ ਹੋਣ ਤਾਂ ਸ਼ਾਰਟ ਕੁਐਸਚਨਸ ਰੀਡ ਕਰ ਲਓ ਤਾਂ ਤੁਹਾਡੇ ਸਾਰੇ ਲੌਂਗ ਕੁਐਸਚਨ ਵੀ ਰਿਕਾਲ ਹੋ ਜਾਂਦੇ ਨੇ ਹੈਡਿੰਗਸ ਅੰਗਰੇਜ਼ਾਂ ਦੇ ਆਰਥਿਕ ਸ਼ੋਸ਼ਣ ਦੇ ਕਾਰਨ ਭਾਰਤ ਦੇ ਜਿਹੜੇ ਲਘੂ ਉਦਯੋਗ ਸੀ ਛੋਟੇ ਉਦਯੋਗ ਸੀ ਉਹ ਬਰਬਾਦ ਹੋ ਗਏ ਸੀ ਜਿਸ ਕਰਕੇ ਉਹ ਉਹਨਾਂ ਦੇ ਵਿਰੁੱਧ ਹੋ ਗਏ ਜ਼ਗੀਰਾ ਨੂੰ ਜ਼ਬਤ ਕਰ ਲਿਆ ਗਿਆ ਸੀ ਕਰ ਰਹੇ ਜਿਹੜੇ ਜ਼ਮੀਨਾਂ ਸੀ ਉਹਨਾਂ ਤੇ ਟੈਕਸ ਲਗਾਉਣ ਦੇ ਕਾਰਨ ਜ਼ਮੀਂਦਾਰ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ ਸੀ ਤੇ ਦੇਸੀ ਰਾਸਤਾ ਨੂੰ ਅੰਗਰੇਜ਼ ਸਾਮਰਾਜ ਦੇ ਸ਼ਾਮਲ ਕੀਤੇ ਜਾਂਦੇ ਕਰਕੇ ਬ ਤੇ ਪੜੇ ਲਿਖੇ ਵਿਅਕਤੀ ਰੁਚੇ ਆਉਂਦੇ ਆ ਤੇ ਨੁਕਤਨੀ ਕੀਤਾ ਜਾਂਦਾ ਸੀ ਛੋਟੇ ਹੌਦਿਆਂ ਤੇ ਕੰਮ ਕਰਨ ਵਾਲੇ ਭਾਰਤੀਆਂ ਨੂੰ ਅੰਗਰੇਜ਼ਾਂ ਦੇ ਮੁਕਾਬਲੇ ਘੱਟ ਤਨਖਾਹ ਦਿੱਤੀ ਜਾਂਦੀ ਸੀ ਤੇ ਸਮਾਜਿਕ ਕਾਰਨ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਸਮਾਜ ਸੁਧਾਰ ਸੰਬੰਧੀ ਜਿਹੜੀ ਨੀਤੀ ਅਪਣਾਈ ਸੀ ਉਹਦੇ ਨਾਲ ਭਾਰਤੀਆਂ ਦੇ ਵਿੱਚ ਰੋਸ ਫੈਲ ਗਿਆ ਤੇ ਸਟੂਡੈਂਟਸ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਜਿਹੜਾ 1857 ਦੇ ਵਿਦਰੋਹ ਵਾਲਾ ਜਿਹੜਾ ਕਿ ਲੌਂਗ ਕੁਐਸਚਨ ਲਈ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਠੀਕ ਹੈ ਇਹਦੇ ਵਿੱਚੋਂ ਕੁਐਸਚਨਸ ਹਮੇਸ਼ਾ ਆਉਂਦੇ ਹੀ ਹੁੰਦੇ ਨੇ 1857 ਵਿਦਰੋਹ ਦੇ ਕਾਰਨ ਅਲੱਗ-ਅਲੱਗ ਵੀ ਪੁੱਛੇ ਜਾ ਸਕਦੇ ਨੇ ਇਕੱਠਾ ਕੁਐਸਚਨ ਨੂੰ ਵੀ ਪੁੱਛਿਆ ਜਾ ਸਕਦਾ ਕੀ ਇਹਦੇ ਕਾਰਨ ਲਿਖੋ ਫਿਰ ਇਹਦਿਆਂ ਜਿਹੜੇ ਕਿ ਅਸਫਲਤਾ ਦੇ ਕਾਰਨ ਤੇ ਇਹਦੇ ਜਿਹੜੇ ਨਤੀਜੇ ਨਤੀਜੇ ਸਿੱਟੇ ਪ੍ਰਭਾਵਿਕੋ ਗੱਲ ਹੈ ਠੀਕ ਹੈ ਦੂਜਾ ਹੈ ਅੰਗਰੇਜ਼ ਭਾਰਤੀਆਂ ਨਾਲ ਅਨਮਨੁੱਖੀ ਵਿਵਹਾਰ ਕਰਦੇ ਸੀ ਜਿਸ ਕਰਕੇ ਭਾਰਤੀ ਇਸ ਨੂੰ ਸਹਿਨ ਨਾ ਕਰ ਸਕੇ ਤੇ ਅੰਗਰੇਜ਼ਾਂ ਦੁਆਰਾ ਜਿਹੜਾ ਰੇਲ ਤਾਰ ਦੀ ਜਿਹੜੀ ਸ਼ੁਰੂਆਤ ਦੇ ਕਾਰਨ ਜਿਹੜੇ ਉਰੂਰੀਵਾਦੀ ਭਾਰਤੀ ਸੀ ਠੀਕ ਹੈ ਉਹ ਅੰਗਰੇਜ਼ਾਂ ਨੇ ਬੁਰਦ ਹੋ ਗਈ ਸੀ ਚੀਜ਼ ਨੂੰ ਪਸੰਦ ਨਹੀਂ ਕਰਦੇ ਸੀ ਤੇ ਸੈਨਿਕ ਕਾਰਨ ਕੀ ਸੀ ਇੱਕ ਤਾਂ ਭਾਰਤੀ ਸੈਨਿਕਾਂ ਨੂੰ ਅੰਗਰੇਜ਼ਾਂ ਦੇ ਜਿਹੜਾ ਕਿ ਸਲੂਕ ਦਾ ਬਹੁਤ ਭਾਵਕੀ ਭਾਰਤੀ ਸੈਨਿਕ ਪ੍ਰਤੀ ਅੰਗਰੇਜ਼ਾਂ ਦਾ ਜਿਹੜਾ ਸਲੂਕ ਸੀ ਉਹ ਵਧੀਆ ਨਹੀਂ ਸੀ ਭਾਰਤੀ ਸੈਨਿਕਾਂ ਨੂੰ ਮਤਲਬ ਕਿ ਉਹਨਾਂ ਨੂੰ ਚੰਗੇ ਨਹੀਂ ਸਮਝਦੇ ਸੀ ਠੀਕ ਹੈ ਅੰਗਰੇਜ਼ ਤੇ ਭਾਰਤੀ ਸੈਨਿਕਾਂ ਨੂੰ ਨਿਮਨ ਨਿਮਨ ਭਾਵ ਕੀ ਛੋਟੇ ਹੌਦਿਆਂ ਦੇ ਨੁਕਤੇ ਕੀਤਾ ਹੋਇਆ ਸੀ ਠੀਕ ਹੈ ਜਿਸ ਕਰਕੇ ਅੰਗਰੇਜ਼ਾਂ ਦੇ ਮੁਕਾਬਲੇ ਉਹਨਾਂ ਨੂੰ ਤਨਖਾਹ ਵੀ ਘਟਾ ਦਿੱਤੀ ਜਾਂਦੀ ਸੀ ਭਾਰਤੀ ਸੈਨਿਕਾਂ ਨੂੰ ਤੇ ਲਾਰਡ ਕੈਨਿੰਗ ਨੇ ਇੱਕ ਕਾਨੂੰਨ ਪਾਸ ਕੀਤਾ ਸੀ ਭਾਰਤੀਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਦੀ ਹੱਗਰਤੇ ਜਾਂਦੀ ਸੀ ਇਸ ਕਾਨੂੰਨ ਦੇ ਅਕੋਰਡਿੰਗ ਬਟ ਭਾਰਤੀ ਜਿਹੜੇ ਕਿ ਇਸ ਚੀਜ਼ ਦੇ ਵਿਰੁੱਧ ਸੀ ਉਹ ਸੋਚਦੇ ਸੀ ਕਿ ਉਹਨਾਂ ਨੇ ਸਮੁੰਦਰ ਪਾਰ ਜਿਹੜੇ ਕਿ ਨਹੀਂ ਕਰਨਾ ਤੇ ਅਬਦੂਨ ਅੰਗਰੇਜ਼ ਸਮਰਾਟ ਦੇ ਵਿੱਚ ਸ਼ਾਮਲ ਕਰਨ ਦੇ ਕਾਰਨ ਅਬਦੂ ਦੇ ਸੈਨਿਕਾ ਜਿਹੜੇ ਕਿ ਉਹਨਾਂ ਦੇ ਵਿਰੁੱਧ ਹੋ ਗਏ ਸੀ ਇੱਕ ਅਦੇ ਤਤਕਾਲੀ ਕਾਰਨ ਸੀ ਚਰਵੀ ਵਾਲਾ ਕਾਰਤੂਸ ਅੱਗੇ ਹੈਗਾ ਜਨਰਲ ਸਰਵਿਸ ਅਨਲਿਸਟਮੈਂਟ ਐਕਟ ਹਾਂਜੀ 1857 1852 ਈਸਵੀ ਦੇ ਵਿੱਚ 1852 ਈਸਵੀ ਦੇ ਵਿੱਚ 1856 ਦੇ ਵਿੱਚ ਲਾਰਡ ਕੈਨਿੰਗ ਦੇ ਜਿਹੜੇ ਕਿ ਸਮਾਨ ਸੇਵਾ ਭਰਤੀ ਐਕਟਾਂ ਨੇ जख्मਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ ਸੀ ਭਾਵ ਕਿ ਇਸ ਐਕਟ ਨੇ ਜਿਹੜੇ ਕਿ ਭਾਰਤੀ ਸੈਨਿਕਾਂ ਦੇ जख्मਾਂ ਤੇ ਨਮਕ ਛਿੜਕਣ ਵਾਲਾ ਕੰਮ ਕੀਤਾ ਸੀ ਇਸ ਐਕਟ ਦੇ ਅਨੁਸਾਰ ਕਿਸੇ ਵੀ ਹਰੇਕ ਨਵੇਂ ਭਰਤੀ ਹੋਣ ਵਾਲੇ ਜਿਹੜੇ ਸਿਪਾਹੀ ਤੇ ਇਹ ਸ਼ਰਤ ਲਗਾਈ ਜਾਂਦੀ ਸੀ ਕਿ ਲੋੜ ਪੈਣ ਤੇ ਉਹਨੂੰ ਲੜਾਈ ਦੇ ਵਿੱਚ ਹਿੱਸਾ ਲੈਣ ਦੇ ਲਈ ਕਿੱਥੇ ਭੇਜਿਆ ਜਾ ਸਕਦਾ ਵਿਦੇਸ਼ ਦੇ ਵਿੱਚ ਭੇਜਿਆ ਜਾ ਸਕਦਾ ਤੇ ਭਾਰਤੀ ਸੈਨਿਕ ਜਿਵੇਂ ਮੈਂ ਤੁਹਾਨੂੰ ਉੱਪਰ ਦੱਸਿਆ ਕਿ ਉਹ ਪਾ ਸਮੁੰਦਰ ਪਾਰ ਕਰਨਾ ਜਿਹੜੇ ਕਿ ਚੰਗਾ ਨਹੀਂ ਸਮਝਦੇ ਸੀ ਉਹ ਸਮਝਦੇ ਸੀ ਕਿ ਸਮੁੰਦਰ ਪਾਰ ਕਰਨਾ ਉਹਨੂੰ ਪਾਪ ਸਮਝਦੇ ਸੀ ਤੇ ਜੇ ਇਸ ਲਈ ਉਹਨਾਂ ਨੂੰ ਜਾਦ ਇਸ ਦੇ ਲਈ ਉਹਨਾਂ ਨੂੰ ਮਜਬੂਰ ਕੀਤਾ ਗਿਆ ਤਾਂ ਮਜਬੂਰ ਹੋ ਕੇ ਉਹਨਾਂ ਨੂੰ ਜਿਹੜੇ ਕਿ ਹਥਿਆਰ ਚੱਕਣੇ ਪਏ ਭਾਵ ਕਿ ਜਨਰਲ ਸਰਵਿਸ ਅਨਿਸਟਮੈਂਟ ਐਕਟ ਇਹ ਸੀ ਜਿਸ ਦੇ ਵਿੱਚ ਭਾਰਤੀ ਸੈਨਿਕਾਂ ਨੂੰ ਜਿਹੜੇ ਨਵੇਂ ਭਰਤੀ ਹੋ ਰਹੇ ਸੀ 1857 ਸੀ ਦੇ ਵਿੱਚ ਇਹ ਐਕਟ ਬਣਿਆ ਸੀ ਉਹਦੇ ਅਕੋਰਡਿੰਗ ਭਾਰਤੀਆਂ ਨੂੰ ਲੜਾਈ ਦੇ ਸਮੇਂ ਜਿਹੜੇ ਕਿ ਸਮੁੰਦਰ ਪਾਰ ਕਰਕੇ ਵਿਦੇਸ਼ਾਂ ਦੇ ਵਿੱਚ ਭੇਜਿਆ ਜਾ ਸਕਦਾ ਸੀ ਬਟ ਭਾਰਤੀ ਜਿਹੜੇ ਕਿ ਸੈਨਿਕ ਸੋ ਇਸ ਚੀਜ਼ ਨੂੰ ਆਪਣੇ ਜਿਹੜੇ ਕਿ ਸਮੁੰਦਰ ਪਾਰ ਕਰਨਾ ਪਾਪ ਸਮਝਦੇ ਸੀ ਮਤਲਬ ਕਿ ਉਹ ਸਮੁੰਦਰ ਪਾਰ ਕਰਨਾ ਚੰਗਾ ਨਹੀਂ ਸਮਝਦੇ ਸੀ ਅੱਗੇ ਹੈਗਾ ਤਤਕਾਲੀਕਰਨ ਕੀ ਸੀ 1857 ਸੀ ਵਿਦਰੋਹ ਦਾ 1857 ਜੈਸਵੀ ਦੇ ਵਿੱਚ ਅੰਗਰੇਜ਼ਾਂ ਨੇ ਸੈਨਿਕਾਂ ਦੇ ਲਈ ਐਨਫੀਲਡ ਰਾਈਫਲਜ਼ ਜਾਰੀ ਕੀਤੀਆਂ ਐਨਫੀਲਡ ਰਾਈਫਲਜ਼ ਜਿਹੜੇ ਕਿ ਜਾਰੀ ਕੀਤੇ ਹਸੀ ਇਹਨਾਂ ਰਾਈਫਲਜ਼ ਦੇ ਵਿੱਚ ਵਰਤੇ ਜਾਣ ਵਾਲੇ ਜਿਹੜੇ ਕਾਰਤੂਸੀ ਉਹਨਾਂ ਉੱਤੇ ਗਾਂ ਤੇ ਸੂਰ ਦੀ ਚਰਬੀ ਲੱਗੀ ਹੁੰਦੀ ਸੀ ਤੇ ਇਹਨਾਂ ਨੂੰ ਰਾਈਫਲਾਂ ਦੇ ਵਿੱਚ ਭਰਨ ਤੋਂ ਪਹਿਲਾਂ ਇਹਨਾਂ ਨੂੰ ਦੰਦਾ ਨਾਲ ਛੇਲਣਾ ਪੈਂਦਾ ਸੀ ਤੇ ਭਾਰਤੀ ਸੈਨਿਕਾਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਹ ਕਾਫੀ ਉਹਨਾਂ ਨੂੰ ਗੁੱਸਾ ਆਇਆ ਕਿਉਂਕਿ ਚਰਬੀ ਵਾਲੇ ਕਾਰਤੂਸਾਂ ਨੂੰ ਜਿਹੜੇ ਕਿ ਉਹਨਾਂ ਨੇ ਵਰਤਨ ਤੋਂ ਇਨਕਾਰ ਕਰਤਾ ਤਾਂ ਕਿਉਂਕਿ ਉਹ ਇਸ ਨੂੰ ਆਪਣੇ ਧਰਮ ਦੇ ਵਿਰੁੱਧ ਸਮਝਦੇ ਸੀ ਵੀ ਉਹ ਗਾਂ ਤੇ ਸੂਰ ਦੀ ਚਰਬੀ ਨੂੰ ਜਿਹੜੇ ਕਿ ਚੇਰਨਗੇ ਮੂੰਹ ਨਾਲ ਛੱਲਣਗੇ ਤਾਂ ਆਪਣੇ ਧਰਮ ਦੇ ਉਹਨਾਂ ਲਈ ਸੀ ਵੀ ਸਾਡਾ ਜਿਹੜਾ ਕਿ ਧਰਮ ਪ੍ਰਿਸ਼ਟ ਹੋਊਗਾ ਇਸ ਦੇ ਨਾਲ ਜਿਸ ਕਰਕੇ ਉਹਨਾਂ ਨੇ ਇਸ ਚੀਜ਼ ਨੂੰ ਵਰਤਨ ਤੋਂ ਮਨਾ ਕਰਤਾ ਤਾਂ ਅੰਗਰੇਜ਼ਾਂ ਨੇ ਇਹ ਕਾਰਤੂਸ ਵਰਤਨ ਲਈ ਮਜਬੂਰ ਕੀਤਾ ਤਾਂ ਵਿਰਕਪੁਰ ਦੇ ਵਿਰਕਪੁਰ ਦੇ ਮੰਗਲ ਪਾਂਡੇ ਨੇ 29 ਮਾਰਚ 1857 ਈਸਵੀ ਨੂੰ ਵਿਦਰੋਹ ਜਿਹੜੇ ਕੀ ਸ਼ੁਰੂ ਕਰ ਦਿੱਤਾ 29 ਮਾਰਚ 1857 ਈਸਵੀ ਨੂੰ ਮੰਗਲ ਪਾਂਡੇ ਨੇ ਅੱਗੇ ਹੈ ਬੇਰਕਪੁਰ ਦੀ ਕਲਕੱਤੇ ਦੀ ਘਟਨਾ ਉਹੀ ਠੀਕ ਹੈ ਵਿਦਰੋਹ ਦੀ ਜਿਹੜੀ 29 ਮਾਰਚ ਵਾਲੀ ਆ ਇਹ ਕਿਵੇਂ ਸੀ 29 ਮਾਰਚ 1857 ਈਸਵੀ ਨੂੰ ਬੇਰਕਪੁਰ ਸ਼ਾਉਣੀ ਦੇ ਵਿੱਚ ਮੰਗਲ ਪਾਂਡੇ ਨੇ ਜਿਹੜੇ ਚਰਬੀ ਵਾਲੇ ਕਾਰਤੂਸ ਉਹਨਾਂ ਨੂੰ ਚਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਉਹਨੇ ਆਪਣੇ ਜਿਹੜੇ ਸਾਥੀਆਂ ਨੂੰ ਵੀ ਇਹਨਾਂ ਕਾਰਤੂਸਾਂ ਦੀ ਵਰਤੋਂ ਨਾ ਕਰਨ ਦੇ ਲਈ ਕਿਹਾ ਠੀਕ ਹੈ ਪ੍ਰੇਨਤੀ ਤੇ ਮੰਗਲ ਪਾਂਡੇ ਨੇ ਅੱਗੇ ਵਧ ਕੇ ਜਿਹੜੇ ਅੰਗਰੇਜ਼ ਅਫਸਰ ਸੀ ਅੰਗਰੇਜ਼ ਅਫਸਰ ਹਸਨ ਉਹਨੂੰ ਗੋਲੀ ਮਾਰਤੀ ਤੇ ਉਸ ਨੂੰ ਗ੍ਰਿਫਤਾਰ ਕਰਕੇ ਫਿਰ ਫਾਂਸੀ ਦੀ ਸਜ਼ਾ ਦਿੱਤੀ ਗਈ ਮੰਗਲ ਪਾਂਡੇ ਨੂੰ ਤੇ ਇਹਦੇ ਨਾਲ ਭਾਰਤੀ ਸੈਨਿਕਾਂ ਜਿਹੜੀ ਕਿ ਪੜਕੋਟੇ ਤੋਂ ਉਹਨਾਂ ਦੇ ਵਿੱਚ ਜਿਹੜੀ ਕਿ ਉਹਨਾਂ ਨੇ ਕ੍ਰਾਂਤੀ ਸ਼ੁਰੂ ਕਰ ਦਿੱਤੀ। ਅਗਿਆ ਹੈਗਾ ਮੇਰਠਪੁਰ ਦੀ ਘਟਨਾ। ਹਾਂਜੀ ਮੇਰਠਪੁਰ ਦੇ ਵਿੱਚ 85 ਭਾਰਤੀ ਸੈਨਿਕਾਂ ਚਰਬੀ ਵਾਲੇ کارਤੂਸ ਵਰਤਨ ਤੋਂ ਮਨਾ ਕਰਤਾ ਜਿਸ ਕਰਕੇ ਉਹਨਾਂ ਨੂੰ ਲੰਬੀਆਂ ਸਜ਼ਾਵਾਂ ਦਿੱਤੀਆਂ ਗਈਆਂ ਜੇਲ੍ਹਾਂ ਦੇ ਵਿੱਚ ਬੰਦ ਕਰਨ ਤੋਂ ਪਹਿਲਾਂ ਉਹਨਾਂ ਨੂੰ ਭਾਰੀ ਬੇਇੱਜ਼ਤੀ ਕੀਤੀ ਜਾਂਦੀ ਸੀ ਉਹਨਾਂ ਦੀ ਤੇ ਇਹਨਾਂ ਦੇ ਨਾਲ ਭਾਰਤੀ ਸੈਨਿਕਾਂ ਨਾਲ ਜਿਹੜੀ ਕਿ ਗੁੱਸਾ ਆਇਆ ਉਹਨਾਂ ਨੂੰ ਖੂਨ ਖੋਲਿਆ ਉਹਨਾਂ ਦਾ ਤੇ 10 ਮਈ ਦੀ ਰਾਤ ਨੂੰ ਜੇਲ੍ਹ ਦੇ ਵਿੱਚ ਹੀ ਹੱਲਾ ਬੋਲ ਦਿੱਤਾ ਗਿਆ ਮੇਰਠਪੁਰ ਦੀ ਘਟਨਾ 10 ਮਈ ਨੂੰ ਵਾਪਰਦੀ ਹੈ। ਠੀਕ ਹੈ ਤੇ ਸਾਰੇ ਕੈਦਿਆਂ ਨੂੰ ਛਡਵਾ ਲਿਆ ਤੇ ਇਸ ਤੋਂ ਬਾਅਦ ਉਹਨਾਂ ਨੇ ਮੇਰਟਪੁਰ ਦੇ ਵਿੱਚ ਰਹਿੰਦੇ ਸਾਰੇ ਅੰਗਰੇਜ਼ ਅਫਸਰਾਂ ਤੇ ਉਹਨਾਂ ਦੇ ਪਰਿਵਾਰਾਂ ਦਾ ਕਤਲ ਕੀਤਾ ਤੇ ਇਸ ਮਗਰੋਂ ਉਹ ਦਿੱਲੀ ਦੇ ਵੱਲ ਚੱਲ ਪਏ ਅੱਗੇ ਹੈਗਾ ਦਿੱਲੀ ਤੇ ਅੰਗਰੇਜ਼ਾਂ ਨੇ ਦਿੱਲੀ ਤੇ ਮੁੜ ਕਿਵੇਂ ਕਬਜ਼ਾ ਕੀਤਾ 11 ਮਈ 10 ਮਈ ਨੂੰ ਮੇਰਠ ਦੇ ਵਿੱਚ ਸੀ 11 ਮਈ ਨੂੰ ਜਿਹੜੇ ਕਿ ਦਿੱਲੀ ਦੇ ਵਿੱਚ ਸੀ ਵਿਦਰੋਹ 11 ਮਈ 1857 ਸੀ ਨੂੰ ਭਾਰਤੀ ਸੈਨਿਕਾ ਦਿੱਲੀ ਦੇ ਵਿੱਚ ਪਹੁੰਚਦੇ ਨੇ ਤੇ ਉੱਥੇ ਉਹਨਾਂ ਨੇ ਥੋੜੇ ਜਿਹਾ ਸੰਘਰਸ਼ ਤੋਂ ਬਾਅਦ ਦਿੱਲੀ ਉੱਤੇ ਕਬਜ਼ਾ ਕਰ ਲਿਆ ਤੇ ਭਾਰਤੀ ਸੈਨਿਕਾ ਨੇ ਬਹਾਦਰ ਸ਼ਾ ਜਫਰ ਨੂੰ ਆਪਣਾ ਬਾਦਸ਼ਾਹ ਘੋਸ਼ਿਤ ਕੀਤਾ ਦਿੱਲੀ ਦੇ ਵਿੱਚ ਕਿਹਨੂੰ ਬਾਦਸ਼ਾਹ ਘੋਸ਼ਿਤ ਕੀਤਾ ਬਹਾਦਰ ਸ਼ਾ ਜਫਰ ਠੀਕ ਹੈ ਬਹਾਦਰ ਸ਼ਾ ਦੂਜੇ ਨੂੰ ਤੇ 20 ਸਤੰਬਰ ਨੂੰ ਅੰਗਰੇਜ਼ ਜਨਰਲ ਨਿਕਲਸਨ ਨੇ ਦੁਬਾਰਾ ਦਿੱਲੀ ਤੇ ਕਬਜ਼ਾ ਕਰ ਲਿਆ ਭਾਵ ਕਿ ਦਿੱਲੀ ਦੇ ਵਿੱਚ ਜਿਹੜਾ ਵਿਦਰੋਹ ਕਰ ਰਹੀ ਸੀ ਭਾਰਤੀ ਉਹਨਾਂ ਨੂੰ ਕਿਹਨੇ ਦਬਾਇਆ ਸੀ ਜਨਰਲ ਜਨਰਲ ਨਿਕਲਸਨ ਨੇ ਠੀਕ ਹੈ ਬਾਦਸ਼ਾਹ ਨੂੰ ਕੈਦ ਕਰਕੇ ਰੰਗੂਨ ਦੇ ਵਿੱਚ ਭੇਜ ਦਿੱਤਾ ਗਿਆ ਬਾਹਦਰਸ਼ਾ ਨੂੰ ਗ੍ਰਿਫਤਾਰ ਕਰਕੇ ਉਹਨੂੰ ਰੰਗੂਨ ਦੇ ਵਿੱਚ ਭੇਜ ਦਿੱਤਾ ਗਿਆ ਤੇ ਉਸਦੇ ਦੋ ਪੁੱਤਰਾਂ ਨੂੰ ਗੋਲੀ ਦੇ ਨਾਲ ਜਿਹੜੇ ਕਿ ਮਾਰ ਦਿੱਤਾ ਗਿਆ ਸੇ ਸਾਰੀ ਦਿੱਲੀ ਦੇ ਵਿੱਚ ਕਤਲੇਆਮ ਕੀਤਾ ਗਿਆ ਅੱਗੇ ਹੈ ਕਾਨਪੂਰ ਦੇ ਵਿੱਚ 1857 ਸੇ ਵਿਦਰੋਹ ਹਾਂਜੀ ਕਾਨਪੂਰ ਦੇ ਵਿੱਚ ਵਿਦਰੋਹ ਨੇ ਦੇਗਵਾਈ ਨਾਨਾ ਸਾਹਿਬ ਨੇ ਕੀਤੀ ਸੀ ਨਾਨਾ ਸਾਹਿਬ ਨੂੰ ਜਿਹੜੇ ਕਿ ਗੋਦ ਲਿਆ ਹੋਇਆ ਸੀ ਪੇਸ਼ਵਾ ਬਾਜੀਰਾਓ ਦੂਜੇ ਨੇ ਠੀਕ ਬਟ ਜਦੋਂ ਪੇਸ਼ਵਾ ਵਾਜੀਰਾਓ ਦੀ ਮੌਤ ਹੋ ਗਈ ਉਸ ਤੋਂ ਬਾਅਦ ਨਾਨਾ ਸਾਈਂਬ ਨੂੰ ਜਿਹੜੇ ਕਿ ਅੰਗਰੇਜ਼ਾਂ ਨੇ ਉਹਦਾ ਉੱਤਰਾਧਿਕਾਰੀ ਮੰਨਣ ਤੋਂ ਇਨਕਾਰ ਕਰਤਾ ਸੀ ਠੀਕ ਹੈ ਉਹਦੀ ਪੈਨਸ਼ਨ ਬੰਦ ਕਰਤੀ ਸੀ ਤੇ ਕਾਨਪੁਰ ਦੇ ਵਿੱਚ ਜਿਹੜੇ ਕਿ ਨਾਨਾ ਸਾਈਂਬ ਨੇ ਵਿਦਰੋਹਿਆਂ ਦੀ ਅਗਵਾਈ ਕੀਤੀ ਸੀ ਤੇ ਇਸ ਕੰਮ ਦੇ ਵਿੱਚ ਜਿਹੜੇ ਕਿ ਤਾਂਤੀ ਟੋਪੇ ਜਿਹੜੇ ਉਹਦੇ ਸਨაპਤੀ ਸੀ ਨਾਨਾ ਸਾਹਿਬ ਦਾ ਪੂਰਾ ਸਾਧ ਦਿੱਤਾ ਭਾਵ ਕਿ ਨਾਨਾ ਸਾਹਿਬ ਦਾ ਸਨაპਤੀ ਕੌਣ ਸੀ ਤਾਂਤੀ ਟੋਪੇ ਤੇ ਜਰਨਲ ਹੈਵ ਲੋਕ ਨੇ ਕਾਨਪੁਰ ਦੀ ਲੜਾਈ ਦੇ ਵਿੱਚ ਨਾਨਾ ਸਾਹਿਬ ਨੂੰ ਹਰਾਇਆ ਭਾਵ ਕਿ ਅੰਗਰੇਜ਼ਾਂ ਦਾ ਇਹਦੇ ਵਿੱਚ ਅਗਵਾਈ ਕੌਣ ਕਰ ਰਿਹਾ ਸੀ ਜਰਨਲ ਹੈਵ ਲੋਕ ਇਸ ਨੇ ਕਾਨਪੁਰ ਦੇ ਵਿੱਚ ਵਿਦਰੋਹ ਤਾਂ ਨਾਨਾ ਸਾਹਿਬ ਨੂੰ ਨੇਪਾਲ ਭੇਜ ਦਿੱਤਾ ਗਿਆ ਤੇ ਤਾਂਤੀਆ ਟੋਪੇ ਚਾਂਸੀ ਦੇ ਵੱਲ ਚਲਾ ਗਿਆ ਸੀ ਵੱਡੀ ਗਿਣਤੀ ਵਿੱਚ ਵਿਦਰੋਹੀਆਂ ਨੂੰ ਫਾਂਸੀ ਦੇ ਸਜ਼ਾ ਦਿੱਤੀ ਗਈ। ਤਿੰਨ ਲਖਨਊ ਦੇ ਵਿੱਚ ਵਿਦਰੋਹ 1857 ਸੀ ਦਾ ਨਖਲੌ ਅਬਦੀ ਰਾਜਤਾ ਨਹੀਂ ਸੀ ਤੇ ਅਬਦੀ ਜਨਤਾ ਨੇ ਨਵਾਬ ਵਾਜिद ਅਲੀ ਵਾਜिद ਅਲੀ ਸ਼ਾਹ ਤੇ ਬੇਗਮ ਹਜ਼ਰਤ ਮਹਿਲ ਨੂੰ ਆਪਣਾ ਪੂਰਾ ਸਹਿਯੋਗ ਦਿੱਤਾ। ਭਾਵ ਕਿ ਲਖਨਊ ਦੇ ਵਿੱਚ ਕੌਣ ਸੀ ਅਗਵਾਈ ਕਰ ਰਿਹਾ ਸੀ ਵਿਦਰੋਹੀ ਵਾਜिद ਅਲੀ ਸ਼ਾਹ ਤੇ ਬੇਗਮ ਹਜ਼ਰਤ ਮਹਿਲ ਤੇ ਉਹਨਾਂ ਨੇ ਬਹੁਤ ਸਾਰੇ ਅੰਗਰੇਜ਼ਾਂ ਦਾ ਕਤਲ ਕੀਤਾ ਇਹਨਾਂ ਦੇ ਵਿੱਚੋਂ ਅਵਦ ਦਾ ਜਿਹੜਾ ਚੀਫ ਸੀ ਚੀਫ ਕਮਿਸ਼ਨਰ ਹੈਨਰੀ ਲੌਰੈਂਸ ਵੀ ਸੀ ਹੈਨਰੀ ਲੌਰੈਂਸ ਠੀਕ ਹੈ ਜਿਹੜਾ ਕਿ ਹੈਨਰੀ ਲੌਰੈਂਸ ਇਸ ਦੇ ਵਿੱਚ ਜਦੋਂ ਕਤਲੇਆਮ ਹੋਇਆ ਸੀ ਅੰਗਰੇਜ਼ਾਂ ਦਾ ਕਤਲ ਕੀਤਾ ਉਹਦੇ ਵਿੱਚ ਇਹ ਜਿਹੜਾ ਕਿ ਮਾਰਿਆ ਗਿਆ ਸੀ ਤਾਂ ਜਨਰਲ ਹੈਵਲੋਕ ਵੀ ਵਿਦਰੋਹੀਆਂ ਨਾਲ ਲੜਦਾ ਹੋਇਆ ਮਾਰਿਆ ਗਿਆ ਸੀ ਤੇ ਅੰਤ ਦੇ ਵਿੱਚ ਜਨਰਲ ਕੈਂਪਬੈਲ ਨੇ ਖਮਸਾਨ ਦੇ ਜੁੱਤ ਤੋਂ ਬਾਅਦ ਮਾਰਚ 1857 ਦੇ ਦਿਨ ਲਖਨਊ ਉੱਤੇ ਦੁਵਾਰਾ ਕਬਜ਼ਾ ਕੀਤਾ ਭਾਵ ਕਿ ਲਖਨਊ ਦੇ ਵਿੱਚ ਵਿਦਰੋਹ ਕਿਹਨੇ ਦਵਾਇਆ ਸੀ ਜਨਰਲ ਕੈਂਪਬੈਲ ਨੇ ਠੀਕ ਹੈ ਤੇ ਇੱਥੇ ਬਹੁਤ ਸਾਰੇ ਫਿਰਦੇਸ਼ ਭਗਤਾਂ ਨੂੰ ਫਾਂਸੀ ਤੇ ਲਟਕਾਇਆ ਗਿਆ। ਰਾਣੀ ਛਾਂਸੀ ਨੇ ਅਵਧ ਵਿਦਰੋਹ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਸੀ। ਹਾਂਜੀ। ਰਾਣੀ ਛਾਂਸੀ ਦੀ ਛਾਂਸੀ ਦੀ ਰਾਣੀ ਲਕਸ਼ਮੀਬਾਈ ਦੀ ਕੋਈ ਆਪਣੀ ਔਲਾਦ ਨਹੀਂ ਸੀ ਤੇ ਉਹਨੇ ਆਪਣਾ ਇੱਕ ਪੁੱਤ ਪੁੱਤਰ ਜਿਹੜੇ ਕਿ ਗੋਦ ਲਿਆ ਸੀ। ਠੀਕ ਹੈ ਪੁੱਤਰ ਗੋਦ ਲਿਆ ਸੀ ਤੇ ਉਸ ਨੂੰ ਛਾਂਸੀ ਦਾ ਜਿਹੜੇ ਕਿ ਸ਼ਾਸਕ ਕੋਸ਼ਿਤ ਕਰਕੇ ਰਾਣੀ ਆਪ ਉਸ ਦੇ ਨਾਤੇ ਜਿਹੜੇ ਕਿ ਸ਼ਾਸਨ ਕਰਨ ਚਲਾਉਣਾ ਚਲਾਉਣ ਲੱਗੀ ਬਟ ਹੋਜੇ ਲਾਡਲ ਹੋਜੇ ਜਿਹੜੇ ਕਲੈਪਸ ਦਾ ਸਿਧਾਂਤ ਸੀ ਉਹਦੇ ਵਿੱਚ ਇਹ ਸੀ ਕਿ ਕੋਈ ਵੀ ਜਿਹੜਾ ਕਿ ਗੋਦਲੇ ਪੁੱਤਰ ਨੂੰ ਜਿਹੜੇ ਕਿ ਵਾਰਿਸ ਨਹੀਂ ਮੰਨਿਆ ਜਾਊਗਾ ਤਾਂ ਇਸ ਸਿਧਾਂਤ ਦੇ ਅਨੁਸਾਰ ਰਾਣੀ ਦੇ ਜਿਹੜੇ ਰਾਣੀ ਲਕਸ਼ਮੀਬਾਈ ਨੇ ਜਿਹੜਾ ਪੁੱਤਰ ਗੋਦ ਲਿਆ ਸੀ ਉਹਨੂੰ ਵਾਰਿਸ ਮੰਨਣ ਤੋਂ ਇਨਕਾਰ ਕਰਤਾ ਤੇ ਇਸ ਤੋਂ ਇਲਾਵਾ ਛਾਂਸੀ ਨੂੰ ਆਪਣੇ સામਰਾਜ ਦੇ ਵਿੱਚ ਸ਼ਾਮਲ ਕਰ ਲਈ ਅੰਗਰੇਜ਼ਾਂ ਨੂੰ ਉਸ ਉੱਤੇ ਹਮਲਾ ਕੀਤਾ ਜਿਸ ਕਰਕੇ ਰਾਣੀ ਚੰਸੀ ਰਾਣੀ ਅੰਗਰੇਜ਼ਾਂ ਦੇ ਦੁਸ਼ਮਣ ਬਣ ਗਈ ਤੇ ਉਸਨੇ 1857 ਦੇ ਵਿਦਰੋਹ ਦੇ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਉੱਤ ਚੜ ਕੇ ਹਿੱਸਾ ਲਿਆ ਅੱਗੇ ਹੈਗਾ ਬਹਾਦਰ ਸ਼ਾਹ ਜਫਰ ਕੌਣ ਸੀ ਬਹਾਦਰ ਸ਼ਾਹ ਜਫਰ ਜਿਹੜਾ ਕਿ ਮੁਗਲਾਂ ਦਾ ਆਖਰੀ ਸ਼ਾਸਕ ਸੀ ਤੇ ਉਹ 1837 ਸੀ ਜਿਹਦੇ ਚ ਅੰਗਰੇਜ਼ਾਂ ਜਿਹੜਾ ਕਿ 1837 ਦੇ ਸੰਗਾਨ ਸੰਤ ਤੇ ਬੈਠਾ ਸੀ ਬਹਾਦਰ ਸ਼ਾਹ ਜਫਰ ਠੀਕ ਹੈ ਮੁਗਲਾਂ ਦਾ ਆਖਰੀ ਬਾਦਸ਼ਾਹ ਸੀ ਬਹਾਦਰ ਸ਼ਾਹ ਜਫਰ ਆਖਰੀ ਸ਼ਾਸਕ ਸੀ ਮੁਗਲਾਂ ਦਾ ਤੇ ਉਸਨੇ 1857 ਈਸਵੀ ਤੱਕ ਸ਼ਾਸਨ ਕੀਤਾ 1857 ਦੇ ਵਿਦਰੋਹ ਦੇ ਸਮੇਂ ਵਿਦਰੋਹੀਆਂ ਨੇ ਆਪਣਾ ਪੂਰਾ ਜਿਹੜੇ ਕਿ ਵਿਦਰੋਹੀਆਂ ਨੇ ਬਹਾਦਰ ਸ਼ਾਹ ਨੂੰ ਆਪਣਾ ਬਾਦਸ਼ਾਹ ਘੋਸ਼ਿਤ ਕੀਤਾ ਤੇ ਬਹਾਦਰ ਸ਼ਾਹ ਨੇ ਵਿਦਰੋਹ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਤੇ ਵਿਦਰੋਹੀਆਂ ਦਾ ਸਾਥ ਦਿੱਤਾ ਅੰਗਰੇਜ਼ਾਂ ਨੇ ਉਸ ਨੂੰ ਫਿਰ ਬਦਰੋਨਿਆਂ ਦਾ 7 ਦਿਨ ਕਰਕੇ ਅੰਗਰੇਜ਼ਾਂ ਨੇ ਬਹਾਦਰ ਸ਼ਾਹ ਜਫਰ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਰੰਗੋਨ ਦੇ ਵਿੱਚ ਭੇਜਿਆ ਗਿਆ ਤੇ ਅੰਗਰੇਜ਼ਾਂ ਨੇ ਉਹਦੇ ਦੋ ਪੁੱਤਰਾਂ ਨੂੰ ਵੀ ਗੋਲੀ ਦੇ ਨਾਲ ਮਾਰਤਾ ਤੇ 1862 ਈਸਵੀ ਦੇ ਵਿੱਚ ਬਰਮਾ ਦੇ ਵਿੱਚ ਬਹਾਦਰ ਸ਼ਾਹ ਜਫਰ ਦੀ ਮੌਤ ਹੋ ਗਈ। ਚਾਂਸੀ ਰਾਣੀ ਰਾਜਵਾਰੇ ਲਿਖਣਾ ਚਾਂਸੀ ਰਾਜਵਾਰੇ ਚਾਂਸੀ ਮੱਧ ਭਾਰਤ ਦਾ ਇੱਕ ਮਹੱਤਵਪੂਰਨ ਜਿਹੜੇ ਕਿ ਰਾਜ ਸੀ ਇਸ ਉੱਤੇ ਮਹਾਰਾਜਾ ਗੰਗਾਧਰ ਰਾਓ ਦਾ ਸ਼ਾਸਨ ਸੀ ਤੇ 1857 ਈਸਵੀ ਦੇ ਵਿੱਚ ਮਹਾਰਾਜਾ ਗੰਗਾਧਰ ਰਾਓ ਠੀਕੇ ਦੀ ਮੌਤ ਹੋ ਗਈ ਗੰਗਾਧਰ ਰਾਓ ਜਿਹੜੇ ਕਿ ਚਾਂਸੀ ਰਾਣੀ ਜਿਹੜੀ ਸੀ ਉਹਨਾਂ ਦਾ ਭਾਕੀ ਜਿਹੜੇ ਕਿ ਪਤੀ ਸੀ ਪਰ ਉਹਨਾਂ ਨੇ ਆਪਣੀ ਮੌਤ ਤੋਂ ਪਹਿਲਾਂ ਦਮੋਦਰ ਰਾਓ ਨਾਂ ਦੇ ਇੱਕ ਬੱਚੇ ਨੂੰ ਗੋਦ ਲਿਆ ਸੀ ਠੀਕ ਹੈ ਦਮੋਦਰ ਰਾਓ ਚਾਂਸੀ ਰਾਣੀ ਨੇ ਜਿਹੜੇ ਕਿ ਗੋਦ ਲਿਆ ਸੀ ਬੇਟਾ ਉਹਦਾ ਨਾਂ ਸੀ ਦਮੋਦਰ ਰਾਓ ਤੇ ਲਹੌਜੀ ਨੇ ਦਮੋਦਰ ਰਾਓ ਨੂੰ ਕਾਨੂੰਨੀ ਵਾਰਿਸ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਲੈਫਟਸ ਦੇਨ ਸਿਧਾਂਤ ਅਨੁਸਾਰ 1853 ਈਸਵੀ ਦੇ ਵਿੱਚ 1853 ਈਸਵੀ ਦੇ ਵਿੱਚ ਚਾਂਸੀ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਲ ਕਰਨ ਦੇ ਕੋਸ਼ਿਸ਼ ਨਾ ਕਰਦੀ ਟੈਡਰ ਹੋਜੀ ਇਸ ਕੰਮ ਦੇ ਨਾਲ ਚਾਂਸੀ ਦੇ ਲੋਕ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ ਤੇ ਉਹਨਾਂ ਨੇ ਰਾਣੀ ਲక్ష్ਮੀਬਾਈ ਦੀ ਅੰਗਰੇਜ਼ਾਂ ਦੇ ਅਗਵਾਈ ਦੇ ਵਿੱਚ ਜਿਹੜੇ ਕਿ ਵਿਦਰੋਹ ਕਰ ਦਿੱਤਾ ਅੰਗਰੇਜ਼ਾਂ ਦੇ ਵਿਰੁੱਧ ਹਾਂਜੀ ਅੱਗੇ ਹੈਗਾ ਤਾਤੀਆਂ ਟੋਪੇ ਤਾਤੀਆਂ ਟੋਪੇ ਦੀ ਜਿਹੜੀ ਗਿਣਤੀ 1857 ਦੇ ਵਿਦਰੋਹ ਦੇ ਮਹਾਨ ਨੇਤਾਵਾਂ ਦੇ ਵਿੱਚ ਕੀਤੀ ਜਾਂਦੀ ਆ ਤੇ ਉਹ ਮਰਾਠੀ ਬ੍ਰਾਹਮਣ ਪਰਿਵਾਰ ਨਾਲ ਸੰਬੰਧਿਤ ਸੀ ਤਾਤੀਆਂ ਟੋਪੇ ਜਿਹੜੇ ਕਿ ਮਰਾਠੀ ਬ੍ਰਾਹਮਣ ਪਰਿਵਾਰ ਨਾਲ ਸੰਬੰਧਿਤ ਸੀ ਤੇ ਨਾਨਾ ਸਾਹਿਬ ਦੇ ਖੁੱਗਾ ਸਨapati ਸੀ ਤੁਸੀਂ ਨੇ ਨਾਨਾ ਸਾਹਿਬ ਦੇ ਸਹਿਯੋਗ ਦੇ ਨਾਲ ਕਾਨਪੁਰ ਤੇ ਜੂਨ 1857 ਈਸਵੀ ਨੂੰ ਅੰਗਰੇਜ਼ਾਂ ਨੂੰ ਹਰਾ ਕੇ ਕਬਜ਼ਾ ਕਰ ਲਿਆ ਸੀ ਠੀਕ ਹੈ ਨਾਨਾ ਸਾਹਿਬ ਦਾ ਸਨਪਤੀ ਸੀ ਤੰਤਿਓ ਟੋਪੇ ਠੀਕ ਹੈ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਤੇ ਉਹਨੇ ਜਿਹੜੇ ਕਿ ਨਾਨਾ ਸਾਹਿਬ ਦੇ ਸਹਿਯੋਗ ਦੇ ਨਾਲ ਕਾਨਪੁਰ ਤੇ ਜੂਨ ਜੂਨ 1857 ਈਸਵੀ ਨੂੰ ਅੰਗਰੇਜ਼ਾਂ ਨੂੰ ਹਰਾ ਕੇ ਕਬਜ਼ਾ ਕਰ ਲਿਆ ਸੀ ਤੇ ਜਦੋਂ 6 ਦਸੰਬਰ 1857 ਈਸਵੀ ਨੂੰ ਅੰਗਰੇਜ਼ਾਂ ਨੇ ਕਾਨਪੁਰ ਤੇ ਮੂੜ ਅਧਿਕਾਰ ਕਰ ਲਿਆ ਸੀ ਤਾਂ ਨਾਨਾ ਸਾਹਿਬ ਨੂੰ ਨੇਪਾਲ ਚਲੇ ਗਏ ਤੇ ਜਿਹੇ ਸਮੇਂ ਦੇ ਵਿੱਚ ਤਾਂਤੀ ਟੋਪੇ ਨੇ ਆਪਣਾ ਜਿਹੜੇ ਕੀ ਹੌਸਲਾ ਨਾ ਛੱਡਿਆ ਤੇ 1857 ਦੇ ਵਿਦਰੋਹ ਦੀ ਇੱਕ ਹੋਰ ਮਹਾਨ ਨੇਤਾ ਰਾਣੀ ਝਾਂਸੀ ਦੇ ਨਾਲ ਜਿਹੜੇ ਕੀ ਜਾ ਮਿਲੇ ਸੀ ਤਾਂਤੀ ਟੋਪੇ ਤੇ ਅੰਤ ਅੰਗਰੇਜ਼ਾਂ ਨੇ ਤਾਂਤੀ ਟੋਪੇ ਨੂੰ ਗ੍ਰਿਫਤਾਰ ਕਰ ਲਿਆ ਤੇ 18 April 1859 ਇਸਵੀ ਨੂੰ 18 April 1859 ਇਸਵੀ ਨੂੰ ਮੱਧ ਪ੍ਰਦੇਸ਼ ਦੇ ਵਿੱਚ ਸ਼ੇਪੂਰੀ ਵਿਖੇ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਤਾਂਤੀ ਟੋਪੇ ਇਸ ਤਰ੍ਹਾਂ ਭਾਰਤ ਦੇ ਇਸ ਮਹਾਨ ਸਤੂਪ ਦਾ ਜਿਹੜੇ ਕੀ ਅੰਤੋਇਸਪੂਤ ਦਾ ਸਪੂਤ ਅੱਗੇ ਹੈਗਾ ਅਗਰੇਜ਼ਾਂ ਦੁਆਰਾ ਅਵਦ ਦਾ ਵਿਲੇ ਭਾਵ ਕਿ ਅਗਰੇਜ਼ਾਂ ਦੁਆਰਾ ਅਵੱਤ ਦੇ ਅਧਿਕਾਰ ਤਾਂ ਅਵਦ ਭਾਰਤ ਲਈ ਇੱਕ ਪ੍ਰਸਿੱਧ ਰਾਜ ਸੀ ਤੇ ਲਾਰਡ ਲਹਾਉਜੀ ਦੀ ਸਭ ਤੋਂ ਅਨਿਆਪੂਰਨ ਕਾਰਵਾਈ ਸੀ ਅਵਦ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਲ ਕਰਨਾ ਤੇ ਉਸ ਸਮੇਂ ਅਵਦ ਦਾ ਨਵਾਬ ਸੀ ਵਾਜिद ਅਲੀ ਸ਼ਾ ਦਾ ਸ਼ਾਸਨ ਸੀ ਤੇ ਅਵਦ ਦੇ ਸ਼ਾਸਕਾਂ ਦੇ ਪਰਜਾਂ ਨੇ ਸਦਾ ਹੀ ਅੰਗਰੇਜ਼ਾਂ ਸਾਥ ਦਿੱਤਾ ਸੀ ਬਟ ਲਾਰਡ ਲਹਾਉਜੀ ਨੇ ਅਵਦ ਦੇ ਸ਼ਾਸਨ ਦੇ ਵਿੱਚ ਭੇੜੇ ਪ੍ਰਬੰਧਾ ਦੋਸ਼ ਲਗਾ ਕੇ ਨਵਾਬ ਅਜੀਤ ਵਾਜिद ਵਾਜੀਦ ਅਲੀ ਸ਼ਾ ਨੂੰ ਗੱਦੀ ਤੋਂ ਉਤਾਰ ਦਿੱਤਾ ਤੇ ਆਬਦ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਲ ਕਰ ਲਿਆ ਤੇ ਨਵਾਬ ਨੂੰ ਕੈਦ ਕਰ ਲਿਆ ਗਿਆ ਤੇ ਉਸ ਦੀ ਬੇਗਮਾਂ ਨੂੰ ਬੇਜੇਦ ਕੀਤਾ ਗਿਆ ਤੇ ਅੰਗਰੇਜ਼ਾਂ ਦੀ ਇਸ ਕਾਰਵਾਈ ਦੇ ਨਾਲ ਲੋਕ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ ਤੇ ਜੀਨਤ ਮਹਿਲ ਦੀ ਅਗਵਾਈ ਦੇ ਵਿੱਚ ਵਿਦਰੋਹ ਕੀਤਾ ਤੇ ਅਗਰ ਹੈ 1857 ਸੀ ਦੇ ਵਿਦਰੋਹ ਦਾ ਸਰੂਪ 1857 ਦਾ ਵਿਦਰੋਹ ਅਸਲੀ ਸਰੂਪ ਕੀ ਸੀ ਇਹਦੇ ਬਾਰੇ ਇਤਿਹਾਸਕਾਰਾਂ ਦੇ ਵਿੱਚ ਅਲੱਗ-ਅਲੱਗ ਜਿਹੜੇ ਕੀ رائے ਨੇ ਤੇ ਅੰਗਰੇਜ਼ ਇਤਿਹਾਸਕਾਰਾਂ ਨੇ ਇਸ ਨੂੰ ਸਿਰਫ ਇੱਕ ਮਹਾ ਇੱਕ ਸੈਨਿਕ ਵਿਦਰੋਹ ਕਿਹਾ ਅੰਗਰੇਜ਼ ਇਤਿਹਾਸਕਾਰਾਂ ਨੇ ਸਿਰਫ ਇਸ ਨੂੰ ਸੈਨਿਕ ਵਿਦਰੋਹ ਕਿਹਾ ਜਦਕਿ ਭਾਰਤੀ ਇਤਿਹਾਸਕਾਰਾਂ ਨੇ ਇਸ ਨੂੰ ਪਹਿਲਾ ਸੁਤੰਤਰਤਾ ਸੰਗਰਾਮ ਕਿਹਾ ਤੇ ਕੁਝ ਇਤਿਹਾਸਕਾਰਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਹਿੰਦੂ-ਮੁਸਲਿਮ ਸਾਜ਼ਿਸ਼ ਤੇ ਕੁਝ ਇਸਾਈਆਂ ਦੇ ਵਿਰੁੱਧ ਹਿੰਦੂ-ਮੁਸਲਿਮਾਂ ਦਾ ਹਿੰਦੂ-ਮੁਸਲਮਾਨਾ ਧਾਰਮਿਕ ਜੰਗ ਦੋ ਕਿਹਾ ਠੀਕ ਹੈ ਕੁਝ ਇਤਿਹਾਸਕਾਰਾਂ ਨੇ ਇਸ ਨੂੰ ਜ਼ਿੰਮੇਦਾਰਾਂ ਦਾ ਅੰਗਰੇਜ਼ਾਂ ਵਿਰੁੱਧ ਵਿਦਰੋਹ ਸੀ ਦੱਸਿਆ ਬਟ ਬਹੁਤੇ ਇਤਿਹਾਸਕਾਰ ਪਹਿਲੇ ਦੇ ਵਿਚਾਰ ਨੂੰ ਹੀ ਸਹੀ ਮੰਨਦੇ ਨੇ ਭਾਵ ਕਿ ਇਹਨੂੰ ਜਿਹੜੇ ਕਿ ਸੁਤੰਤਰਤਾ ਸੰਗਰਾਮ ਠੀਕ ਹੈ ਤੇ ਜਾਂ ਹੈਗਾ ਸੈਨਿਕ ਵਿਦਰੋਹ ਇਹ ਜਾਦੇ ਮੰਨਿਆ ਜਾਂਦਾ ਕੀ ਅਸੀਂ 1857 ਦੇ ਵਿਦਰੋਹ ਨੂੰ ਸੁਤੰਤਰਤਾ ਦਾ ਪਹਿਲਾ ਯੁੱਧ ਕਹਿ ਸਕਦੇ ਇਹਦੇ ਵਿੱਚ ਕੀ رائے ਆ ਹਾਂਜੀ ਜੇ ਇਸ ਇਹਦੇ ਵਿੱਚ ਆਮ ਲੋਕਾਂ ਨੇ ਹਿੱਸਾ ਨਾ ਲਿਆ ਤਾਂ ਇਹ ਵਿਦਰੋਹ ਇੰਨੀ ਤੇਜ਼ੀ ਨਾਲ ਨਾ ਫੈਲਦਾ ਠੀਕ ਹੈ ਤੇ ਇਸ ਵਿਦਰੋਹ ਦੇ ਵਿੱਚ ਹਿੰਦੂ ਮੁਸਲਮਾਨ ਜਿਹੜੇ ਕਿ ਇਕੱਠੇ ਹੋ ਕੇ ਲੜੇ ਉਹਨਾਂ ਦੀ ਏਕਤਾ ਇਸ ਸੁਤੰਤਰਤਾ ਅੰਦੋਲਨ ਦਾ ਸੰਘਰਸ਼ ਦਾ ਪ੍ਰਤੀਕ ਸੀ ਦੇ ਵਿਦਰੋਹ ਸੈਨਿਕਾਂ ਤੱਕ ਸੀਮਿਤ ਨਹੀਂ ਰਹੇ ਇਹਦੇ ਵਿੱਚ ਵੱਡੀ ਗਿਣਤੀ ਵਿੱਚ ਮਰਦ ਔਰਤ ਬੱਚੇ ਸ਼ਾਸਕ ਜ਼ਿਮੀਦਾਰਾਂ ਨੇ ਵੀ ਹਿੱਸਾ ਲਿਆ ਜਿਸ ਕਰਕੇ ਉਹਨਾਂ ਆਪਾਂ ਸੰਤੰਤਰ ਸੰਗਰਾਮ ਕਹਿ ਸਕਦੇ ਆ ਸਿੱਟੇ ਕੀ ਨਿਕਲੇ ਸਿੱਟੇ ਨਤੀਜੇ ਕੋ ਗੱਲ ਹੁੰਦੀ ਆ ਠੀਕ ਹੈ ਜਾਂ ਵਿਦਰੋਹ ਨੇ ਇੱਕ ਜੁੱਧਾ ਇੱਕ ਯੁੱਗਦਾਂਤ ਕੀਤਾ ਭਾਰਤ ਵਿੱਚ ਅੰਗਰੇਜ਼ੀ ਸ਼ਾਸਨ ਇਤਿਹਾਸ ਵਿੱਚ ਨਵੇਂ ਯੁੱਗ ਦਾ ਸ਼੍ਰੀ ਗਣੇਸ਼ ਕੀਤਾ ਕੋਈ ਦੋ ਉਦਾਹਰਨਾ ਠੀਕ ਐਵੇਂ ਵੀ ਕੁਐਸਚਨ ਪੁੱਛਿਆ ਦੱਸਦਾ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਦੰਤ ਹੋ ਗਿਆ ਭਾਰਤ ਉੱਤੇ ਇੰਗਲੈਂਡ ਦਾ ਸਿੱਧਾ ਸ਼ਾਸਨ ਸਥਾਪਿਤ ਹੋ ਗਿਆ ਵਿਦਰੋਹਾਂ ਤੀਜਾ ਕੀ ਨਿਕਲਿਆ ਸਿੱਟਾ ਕੀ ਨਿਕਲਿਆ ਕਿ ਇਹਦੇ ਨਾਲ ਜਿਹੜੇ ਕਿ ইস্ট ਇੰਡੀਆ ਕੰਪਨੀ ਦਾ ਸ਼ਾਸਨ ਖਤਮ ਹੋ ਗਿਆ ਭਾਰਤ ਉੱਤੇ ਹੁਣ ਕਿਹਦਾ ਸ਼ਾਸਨ ਹੋ ਗਿਆ ਸਿੱਧਾ ਇੰਗਲੈਂਡ ਦਾ ਤੇ ਮੁਗਲਾਂ ਅਤੇ ਪੇਸ਼ਵਾ ਵੰਸ਼ਾ ਦਾ ਅੰਤ ਹੋ ਗਿਆ ਮੁਗਲ ਵੰਸ਼ ਦਾ ਅੰਤ ਹੋ ਗਿਆ ਪੇਸ਼ਵਾ ਵੰਸ਼ ਦਾ ਅੰਤ ਹੋ ਗਿਆ ਅੰਗਰੇਜ਼ਾਂ ਨੇ ਭਾਰਤੀ ਸ਼ਾਸਕਾਂ ਪ੍ਰਤੀ ਨੀਤੀ ਦੇ ਵਿੱਚ ਬਦਲਾਅ ਲਿਆਂਦਾ ਭਾਰਤੀ ਸੈਨਿਕਾਂ ਨੂੰ ਪੁਨਰਗਠਨ ਕੀਤਾ ਸੈਨਿਕ ਸੈਨਾ ਦਾ ਮਹੱਤਵਪੂਰਨ ਵਿਭਾਗਾਂ ਨੂੰ ਅੰਗਰੇਜ਼ਾਂ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਰਾਜਨੀਤਿਕ ਪ੍ਰਭਾਵ ਕੀ ਨਿਕਲੇ ਰਾਜਨੀਤਿਕ ਪ੍ਰਭਾਵ ਪ੍ਰਭਾਵ ਕਿਹਾ ਜਾਂਦਾ ਦਾ ਨਤੀਜੇ ਕਿਹਾ ਜਾਂਦਾ ਸਿੱਟੇ ਕਿਹਾ ਜਾਂਦਾ ਠੀਕ ਹੈ ਵਿਦਰੋਹ ਨੇ ਈਸਟ ਇੰਡੀਆ ਕੰਪਨੀ ਨੂੰ ਖਤਮ ਕਰਤਾ ਤੇ ਭਾਰਤ ਦਾ ਸ਼ਾਸਨ ਪ੍ਰਬੰਧ ਹੁਣ ਬ੍ਰਿਟਿਸ਼ ਸੰਸਦ ਦੇ ਹੱਥਾਂ ਦੇ ਵਿੱਚ ਆ ਗਿਆ ਤੇ ਬੋਰਡ ਆਫ ਕੰਟਰੋਲ ਅਤੇ ਬੋਰਡ ਆਫ ਡਾਇਰੈਕਟਰਸ ਨੂੰ ਤੋੜ ਦਿੱਤਾ ਗਿਆ ਤੇ ਜਨਰਲ ਗਵਰਨਰ ਜਨਰਲ ਨੂੰ ਇਹ ਵਾਇਸ ਰਾਜ ਦਾ ਵਾਇਸ ਰਾਏ ਦਾ ਖਿਤਾਬ ਦਿੱਤਾ ਗਿਆ ਤੇ ਭਾਰਤੀ ਰਾਜਾ ਪ੍ਰਤੀ ਨਵੀਂ ਨੀਤੀ ਪਣਾਈ ਗਈ ਉਹਨਾਂ ਨੂੰ ਯਕੀਨ ਦਿਵਾਇਆ ਗਿਆ ਕਿ ਅੱਗੇ ਤੋਂ ਕਦੇ ਵੀ ਉਹਨਾਂ ਨੂੰ ਉਹਨਾਂ ਦੇ ਰਾਜ ਨੂੰ ਗਰੀਜੀ ਸਾਮਰਾਜ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਸੈਨਿਕ ਸਿੱਟੇ ਕੀ ਨਿਕਲੇ ਕੰਪਨੀ ਦੇ ਸਨਾਨ ਨੂੰ ਤੋੜ ਦਿੱਤਾ ਗਿਆ ਤੇ ਉਹਨਾਂ ਨੂੰ ਗਲੈਂਡ ਦੇ ਸਨਨ ਵੀ ਸ਼ਾਮਲ ਕਰ ਲਿਆ ਗਿਆ ਹਾਂ ਭਾਰਤ ਦੇ ਵਿੱਚ ਯੂਰਪੀਨ ਸੈਨਿਕਾਂ ਦੀ ਸੰਖਿਆ ਵਧਾਈ ਗਈ ਤੋਪਖਾਨੇ ਦੇ ਦੂਜੇ ਭਾਰਤੀ ਦੂਜੇ ਭਾਰੀ ਹਥਿਆਰ ਅੰਗਰੇਜ਼ਾਂ ਦੇ ਕੋਲ ਰੱਖੇ ਗਏ ਸੈਨਿਕਾਂ ਨੂੰ ਧਰਮ ਜਾਤ ਦੇ ਆਧਾਰ ਤੇ ਵੰਡਿਆ ਗਿਆ ਤਾਂ ਕਿ ਉਹਨਾਂ ਦੇ ਵਿੱਚ ਏਕਤਾ ਨਾ ਹੋ ਸਕੇ ਆਰਥਿਕ ਪ੍ਰਭਾਵ ਕੀ ਨਿਕਲੇ ਸੀ ਅੰਗਰੇਜ਼ੀ ਰਾ ਅ ਕੰਪਨੀ ਰਾਜ ਖਤਮ ਹੋ ਜਾਣ ਦੇ ਕਾਰਨ ਬ੍ਰਿਟਿਸ਼ ਸਰਕਾਰ ਨੇ ਭਾਰਤੀ ਵਪਾਰ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਇੰਗਲੈਂਡ ਦੇ کارਖਾਨਿਆਂ ਲਈ ਭਾਰ ਦੇ ਵਿੱਚੋਂ ਕੱਚਾ ਮਾਲ ਆ ਜਿਹੜੇ ਕਿ ਭੇਜਿਆ ਜਾਣ ਲੱਗਾ ਤੇ ਭਾਰਤ ਵੀ ਅੰਗਰੇਜ਼ਾਂ ਨੇ ਬਹੁਤ ਸਾਰੇ ਉਦਯੋਗਾਂ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਭਾਰਤ ਦੇ ਜਿਹੜੇ ਉਦਯੋਗ ਸੀ ਜਿਦੇ ਕਰਕੇ ਭਾਰਤ ਦਿਨੋ-ਦਿਨ ਗਰੀਬ ਹੁੰਦੇ ਗਏ ਤੇ ਅੰਗਰੇਜ਼ ਅਮੀਰ ਹੁੰਦੇ ਗਏ ਮਹਾਰਾਣੀ ਦਾ ਐਲਾਨ ਹਾਂਜੀ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਨੇ 1 ਨਵੰਬਰ 1858 ਈਸਵੀ ਨੂੰ ਇੱਕ ਮਹੱਤਵਪੂਰਨ ਐਲਾਨ ਕੀਤਾ ਘੋਸ਼ਣਾ ਕੀਤੀ ਇਸ ਘੋਸ਼ਣਾ ਵਿੱਚ ਕੀ ਸੀ ਕਿ ਲਾਰਡ ਕੈਨਿੰਗ ਨੇ ਜਿਹੜੇ ਕਿ ਜੋ ਭਾਰਤ ਦਾ ਗਵਰਨਰ ਜਨਰਲ ਸੀ ਨੇ ਇਲਾਹਾਵਾਦ ਵਿਖੇ ਇਹ ਪੜ੍ਹ ਕੇ ਸੁਣਾਇਆ ਠੀਕ ਹੈ ਮਹਾਰਾਣੀ ਵਿਕਟੋਰੀਆ ਦਾ ਜਿਹੜਾ ਐਲਾਨ ਸੀ ਕਿਹਨੇ ਪੜਿਆ ਸੀ 1 ਨਵੰਬਰ 1858 ਈਸਵੀ ਨੂੰ ਲਾਰਡ ਕੈਨਿੰਗ ਨੇ ਇਲਾਹਾਵਾਦ ਦੇ ਵਿੱਚ ਇਸ ਘੋਸ਼ਣਾ ਦੇ ਵਿੱਚ ਭਾਰਤੀਆਂ ਨੂੰ ਯੋਗਤਾ ਅਨੁਸਾਰ ਨੌਕਰੀਆਂ ਦੇਣ ਦਾ ਵਚਨ ਦਿੱਤਾ ਗਿਆ ਦੇ ਭਾਰਤੀ ਸ਼ਾਸਕਾਂ ਨੂੰ ਪੁੱਤਰ ਗੋਦ ਲੈਣ ਦੀ ਇਜਾਜ਼ਤ ਦਿੱਤੀ ਗਈ ਅਡਾਪਟ ਕਰਨ ਦੀ ਪਰਮਿਸ਼ਨ ਮਿਲ ਗਈ ਤੇ ਵੀ ਐਲਾਨ ਕੀਤਾ ਗਿਆ ਜਦ ਤੋਂ ਬਾਅਦ ਭਾਰਤੀ ਰਾਜਤਾ ਨੂੰ ਅੰਗਰੇਜ਼ੀ ਜਰਾਸਤ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਤੇ ਅੰਗਰੇਜ਼ਾਂ ਨੇ ਆਪਣੇ ਸਵਾਰਥੀ ਹਿੱਤਾਂ ਕਾਰਨ ਇਸ ਐਲਾਨ ਦੀ ਪਾਲਣਾ ਨਹੀਂ ਕੀਤੀ ਠੀਕ ਹੈ ਭਾਵੇਂ ਕਿ ਐਲਾਨ ਦੇ ਵਿੱਚ ਬਹੁਤ ਕੁਝ ਕੀਤਾ ਗਿਆ ਸੀ ਬਟ ਇਸ ਦੀ ਪਾਲਣਾ ਅਗੇ ਨੂੰ ਫੋਲੋ ਨਾ ਕੀਤਾ ਗਿਆ ਵਿਦਰੋਹ ਅਸਫਲ ਕਿਉਂ ਹੋ ਗਿਆ ਸੀ ਵਿਦਰੋਹ ਦੀ ਅਸਫਲਤਾ ਦੇ ਕਾਰਨ ਕੀ ਸੀ ਠੀਕ ਹੈ ਕ੍ਰਾਂਤੀ ਵੀ ਕਹਿੰਦੇ ਨੇ ਵਿਦਰੋਹ ਨੂੰ ਵਿਦਰੋਹ ਨਿਸ਼ਚਿਤ ਸਮੇਂ ਤੋਂ ਪਹਿਲਾਂ ਸ਼ੁਰੂ ਹੋਗਾ ਇਸ ਜਿਸ ਕਰਕੇ ਵਿਦਰੋਹ ਦੇ ਜਿਹੜੇ ਕਿ ਯੋਜਨਾਵਾਂ ਅਧੂਰੀਆਂ ਰਹਿ ਗਈਆਂ ਭਾਰਤੀਆਂ ਕੋਲ ਜਿਹੜੇ ਮਾਹਿਰ ਨੇਤਾ ਸੀ ਉਹਨਾਂ ਦੀ ਕਮੀ ਸੀ ਤੇ ਭਾਰਤੀਆਂ ਦੇ ਸਾਧਨ ਅੰਗਰੇਜ਼ਾਂ ਦੇ ਮੁਕਾਬਲੇ ਬਹੁਤ ਘੱਟ ਸੀ ਤੇ अनेका ਭਾਰਤੀ ਸ਼ਾਸਕਾਂ ਨੇ ਕ੍ਰਾਂਤੀ ਨੂੰ ਦਬਾਉਣ ਦੇ ਵਿੱਚ ਅੰਗਰੇਜ਼ਾਂ ਨੇ ਸਾਥ ਦਿੱਤਾ ਜਿਸ ਕਰਕੇ ਇਹ ਵਿਦਰੋਹ ਅਸਫਲ ਹੋ ਗਿਆ ਠੀਕ ਹੈ ਹਾਂਜੀ ਏ ਸੀ ਤੁਹਾਡੇ ਸ਼ਾਰਟ ਕੁਐਸ਼ਨਸ ਥੈਂਕਸ